ਨਸ਼ਾ ਤਸਕਰ, ਰੇਤ ਮਾਫੀਆ ਜਾਂ ਫਿਰ ਚੋਰ, ਬਦਮਾਸ਼ ਤੇ ਲੁਟੇਰੇ, ਪੰਜਾਬ ਵਿੱਚ ਇਹਨੇ ਦਿਨੀ ਕਾਨੂੰਨ ਤੋਂ ਜ਼ਿਆਦਾ ਇਹਨਾਂ ਲੋਕਾਂ ਦਾ ਰਾਜ ਜ਼ਿਆਦਾ ਜਾਪ ਰਿਹਾ। ਸੂਬੇ ਅੰਦਰ ਆਏ ਦਿਨ ਇਹ ਗੁੰਡਾ ਅਨਸਰ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਇਸ ਵਾਰ ਇਹਨਾਂ ਲੁਟੇਰਿਆਂ ਨੇ ਸੰਗਰੂਰ ਦੇ ਪਿੰਡ ਕਾਬਦਾ ਕੋਲ ਬੈਂਕ ਦੀ ਕੈਸ਼ ਵੈਨ ਨੂੰ ਆਪਣਾ ਨਿਸ਼ਾਨਾ ਬਣਾਇਆ। ਇੱਕ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਪਹਿਲਾਂ ਕਈ ਕਿਲੋਮੀਟਰ ਤੱਕ ਕੈਸ਼ ਵੈਨ ਦਾ ਪਿੱਛਾ ਕੀਤਾ ਅਤੇ ਫਿਰ ਪਿੰਡ ਕਾਬਦਾ ਕੋਲ ਪਹੁੰਚ ਕੇ ਕੈਸ਼ ਵੈਨ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਗਾਰਡਾਂ ਦੇ ਸਿਰ ਵਿੱਚ ਗੋਲੀ ਮਾਰ ਵੈਨ ਵਿੱਚ ਪਿਆ ਪੈਸਿਆਂ ਦਾ ਬੈਗ ਲੈ ਕੇ ਫਰਾਰ ਹੋ ਗਏ। ਵੈਨ ਡਰਾਈਵਰ ਮੁਤਾਬਕ ਇਸ ਬੈਗ ਵਿੱਚ ਕੁੱਲ 5 ਲੱਖ ਰੁਪਏ ਸਨ। ਰਸਤੇ 'ਚ ਭਾਈ ਗੁਰਦਾਸ ਕੋਲ ਜੀ ਗੋਲੀਆਂ ਮਾਰੀਆਂ ਅਚਾਨਕ ਦੋ ਜਾਣੇ ਤੀ ਪਲਸਰ ਮੋਟਰਸਾਈਕਲ ਤੇ, ਉਹ ਇੱਕ ਤੇ ਪੱਗ ਬੰਨੀ ਤੇ ਇੱਕ ਤੇ ਹੈਲਮਟ ਬੰਨਿਆ ਹੋਇਆ ਤੀ। ਪਹਿਲਾਂ ਟਾਇਰਾਂ 'ਚ ਗੋਲੀਆਂ ਮਾਰੀਆਂ, ਉਦੋਂ ਬਾਅਦ 'ਚ ਗਨਮੈਨ ਦੇ ਸਿਰ 'ਚ ਗੋਲੀਆਂ ਮਾਰੀਆਂ ਤੇ ਉਹ ਬਸ ਕੈਸ਼ ਲੈ ਕੇ ਭੱਜ ਗਏ। ਕਿੰਨਾ ਕੈਸ਼ ਸੀ ਗੱਡੀ ਦੇ ਵਿੱਚ? 5 ਲੱਖ ਰੁਪਇਆ ਤੀ। ਕਿੱਧਰੋਂ ਆਏ ਸੀ, ਕਿੱਧਰ ਗਏ ਸੀ? ਉਹ ਆਏ ਤਾਂ ਮਗਰੋਂ ਸੰਗਰੂਰ ਕਿੰਨੀ ਆਏ ਤੇ ਜੀ, ਵਾਪਸ ਸੰਗਰੂਰ ਕਿੰਨੀ ਵਾਪਸ ਹੋ ਗਿਆ? ਅੱਛਾ, ਦੋ ਲੈ ਕੇ? ਹਾਂ, ਦੋ ਜਣੇ। ਮੂੰਹ ਬੰਨਿਆ ਹੋਇਆ ਤੇ ਰੁਮਾਲਾਂ ਬੰਨੀਆਂ ਹੋਈਆਂ ਤੀਆਂ। ਹਾਂਜੀ, ਇਹਦੇ ਸੀਗਾ ਜੀ, ਇਹਨਾਂ ਨੇ ਬਹੁਤ ਸਾਨੂੰ ਬਚਾਇਆ। ਉਹਨਾਂ ਨੇ ਨਾਲ ਲਿਜਾ ਕੇ ਪੁਲਿਸ ਵਾਲੇ ਮੁਲਾਜ਼ਮ ਸੀਗੇ ਜੀ, ਉਹਨਾਂ ਨੇ ਸਾਨੂੰ ਉੱਥੋਂ ਗੱਡੀ 'ਚ ਬਿਠਾ ਕੇ ਉਰੇ ਸਿਵਲ ਹਸਪਤਾਲ 'ਚ ਉਹਨਾਂ ਨੂੰ ਲੈ ਕੇ ਆਏ ਜੀ। ਇਹਨਾਂ ਦੀ ਬਦੌਲਤ ਜੇ ਸਾਡਾ ਬੰਦਾ ਬਚੂ, ਇਹਨਾਂ ਦੀ ਬਦੌਲਤ ਬਚੂਗਾ ਨਹੀਂ, ਬੰਦੇ ਦੇ ਬਚਣ ਦਾ ਚਾਹ। ਹਾਂਜੀ ਹਾਂ, ਹੈਗਾ ਸੀਰੀਅਸ। 5-6 ਫਾਇਰ ਕੀਤੇ ਨੇ ਜੀ। ਹਾਂਜੀ, ਉਧਰ ਕੈਸ਼ ਵੈਨ ਦੇ ਅੱਗੇ ਜਾ ਰਹੀ ਗੱਡੀ ਦੇ ਮਾਲਕਾਂ ਨੇ ਵਾਰਦਾਤ ਤੋਂ ਬਾਅਦ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਵੀ ਕੀਤਾ, ਪਰ ਲੁਟੇਰੇ ਉਹਨਾਂ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਰਹੇ। ਅਸੀਂ ਸੰਗਰੂਰ ਤੋਂ ਪਟਿਆਲੇ ਵੱਲ ਨੂੰ ਜਾ ਰਹੇ ਸੀਗੇ ਜੀ, ਅਸੀਂ ਇਹ ਕੈਸ਼ ਵੈਨ ਨੂੰ ਜਸਟ ਕ੍ਰੋਸ ਕੀਤਾ। ਜਦੋਂ ਅਸੀਂ ਕੈਸ਼ ਵੈਨ ਨੂੰ ਕ੍ਰੋਸ ਕੀਤਾ, ਅਸੀਂ ਰੇਅਰ ਵਿਊ 'ਚੋਂ ਦੇਖਿਆ ਕਿ ਬੰਦਾ ਉਤਰ ਕੇ ਕੈਸ਼ ਵੈਨ ਵੱਲ ਵੈਪਨ ਕਰੀ ਖੜਾ, ਅਤੇ ਉਹਨੇ ਸਾਡੇ ਦੇਖਦੇ ਦੇਖਦੇ ਦੋ ਜਾਂ ਇੱਕ ਦੋ ਵਾਰ ਇੱਦਾਂ ਇੱਦਾਂ ਕਰਕੇ ਗੋਲੀ ਮਾਰੀ। ਪੱਗ ਵਾਲਾ ਬੰਦਾ ਸੀ, ਉਹਦਾ ਮੂੰਹ ਢੱਕਿਆ ਹੋਇਆ ਸੀਗਾ ਇੱਕ ਨਾਲ ਉਹਦੇ। ਜਦੋਂ ਅਸੀਂ ਗੱਡੀ ਮੋੜੀ, ਸਾਡੇ ਮੰਡੀ ਮੋੜਨ ਤੱਕ ਉਹ ਤਰ ਚਲੇ ਗਏ। ਜਿਹੜਾ ਮੋਟਰਸਾਈਕਲ ਮੁੰਡਾ ਚਲਾ ਰਿਹਾ ਸੀਗਾ ਉਹ ਹੈਲਮਟ ਪਾਇਆ ਸੀ ਉਹਨੇ, ਅਤੇ ਉਹ ਦੋਨੋਂ ਜਣੇ ਇੱਕਦਮ ਲੈ ਕੇ ਆਨਵਰਡ ਸੰਗਰੂਰ ਨੂੰ ਫਰਾਰ ਹੋ ਗਏ। ਅਸੀਂ ਉਹਨਾਂ ਦੇ ਪਿੱਛੇ ਗੱਡੀ ਵੀ ਲਾਈ, ਜਦੋਂ ਅਸੀਂ ਗੱਡੀ ਮੁੜੀ ਥੋੜ੍ਹਾ ਜਿਹਾ ਫਰਕ ਪੈ ਗਿਆ ਇਹਨਾਂ ਨੂੰ, ਉਹ ਘਰਾਚੋਂ ਵਾਲਾ ਖੇਤਾਂ ਕਰੀ ਨੂੰ ਮੁੜ ਗਏ, ਸਾਨੂੰ ਕੱਟ ਨਹੀਂ ਮਿਲਿਆ ਗਿਆ। ਅਸੀਂ ਕੱਟ ਤੋਂ ਮੁੜ ਕੇ ਫਿਰ ਜਿਹੜਾ ਬੰਦਾ ਇੰਜਰਡ ਸੀ, ਗੋਲੀ ਲੱਗੀ ਸੀ ਉਹਨੂੰ, ਅਸੀਂ ਆਪਣੀ ਗੱਡੀ 'ਚ ਪਾ ਕੇ ਉਰੇ ਹੋਸਪਿਟਲ ਲਿਆ ਕੇ ਦੇ ਦਿੱਤਾ ਜੀ। ਜਿਹੜਾ ਇੰਜਰਡ ਸੀ, ਕਿਸ ਤਰ੍ਹਾਂ ਦਾ ਹਾਲਾਤ ਸੀ, ਕਿੰਨੇ ਟੋਟਲ ਫਾਇਰ ਕੀਤੇ ਤੁਹਾਡੇ? ਨਹੀਂ, ਸਾਡੇ ਅਸੀਂ ਦੂਰੋਂ ਕੀ ਦੇਖਦਾ ਜੀ, ਦੂਰੋਂ ਕੁਝ ਦੇਖਦਾ ਨਹੀਂ ਕੀ ਫਾਇਰ ਕੀਤਾ ਉਹਨੇ, ਇੱਦਾਂ ਦਾ ਕੀਤਾ ਸਾਨੂੰ ਲੱਗਿਆ ਵੀ ਫਾਇਰ ਹੋ ਗਿਆ, ਕਿਉਂਕਿ ਕੈਸ਼ ਵੈਨ ਸਾਨੂੰ ਪਤਾ ਸੀ ਜਸਟ ਉਸਨੇ ਕ੍ਰੋਸ ਹੀ ਕੀਤੇ ਸੀਗੇ ਤਾਂ ਕਰਕੇ ਜੀ। ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲੁਟੇਰਿਆਂ ਨੂੰ ਫੜਨ ਲਈ ਨਾਕੇਬੰਦੀ ਕਰ ਦਿੱਤੀ ਗਈ ਹੈ। ਕੈਸ਼ ਵੈਨ ਜਾ ਰਹੀ ਸੀ ਔਰ ਦੋ ਮੋਟਰਸਾਈਕਲ ਸਵਾਰ ਆਏ ਔਰ ਕੁਝ ਗੋਲੀਆਂ ਚਲਾਈ ਔਰ ਕੈਸ਼ ਕੋ ਲੁੱਟ ਕੇ ਲੈ ਗਏ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਪਣੀ ਔਰ ਉਮੀਦ ਹੈ ਜਲਦੀ ਪਕੜ ਲੇਗੇ। ਕੈਸ਼ ਕਿੰਨਾ ਬਤਾ ਰਹੇ ਹੋ? ਕਰੀਬ 4-5 ਲੱਖ ਕੇ ਆਸ ਪਾਸ ਬਤਾ ਰਹੇ ਹੈ, ਅਭੀ ਐਗਜੈਕਟ ਇਨਕੋ ਪਤਾ ਨਹੀਂ ਹੈ, ਉਹ ਦੇਖ ਕੇ ਬਤਾਏਗਾ। ਸਰ ਕਹਾਂ ਸੇ ਕਹਾਂ ਜਾ ਰਹੀ ਥੀ ਇਹ ਵੈਨ ਕੈਸ਼? ਇਹ ਸੰਗਰੂਰ ਸੇ ਭਵਾਨੀਗੜ੍ਹ ਜਾ ਰਹੀ ਸੀ। ਕੌਣ ਸੇ ਬੈਂਕ ਹੈ ਸਰ ਇਹ? ਬੈਂਕ ਦਾ ਐਕਸਿਸ ਬੈਂਕ। ਐਕਸਿਸ ਬੈਂਕ ਸਰ ਟੋਟਲ ਕਿੰਨਾ ਕੈਸ਼ ਦਾ? ਹਾਂਜੀ, ਟੋਟਲ ਕੈਸ਼ ਕਿੰਨਾ ਦਾ? ਅਭੀ ਉਹ ਐਗਜੈਕਟ ਪਤਾ ਨਹੀਂ ਹੈ, ਕਰੀਬ 4-5 ਲੱਖ ਕੇ ਆਸ ਪਾਸ ਬਤਾ ਰਹੇ ਹੈ, ਹੋ ਸਕਦਾ 3 ਹੋ ਸਕਦਾ 6 ਹੋ। ਸਰ ਪੁਲਿਸ ਨੇ ਕਿਆ ਇੰਤਜ਼ਾਮ, ਨਾਕਾਬੰਦੀ ਕਹਾਂ ਕਹਾਂ ਕੀ? ਸਾਰੇ ਸ਼ਹਿਰ ਮੇਂ ਨਾਕਾਬੰਦੀ ਕਰਾ ਦੀ ਗਈ ਹੈ ਜੀ, ਆਸ ਪਾਸ ਕੇ ਡਿਸਟ੍ਰਿਕਟ ਸੇ ਵੀ ਟਾਈਪ ਕਰ ਲਿਆ ਗਿਆ ਔਰ ਵਰਕਆਊਟ ਕਰ ਰਹੇ ਹਾਂ ਜੀ, ਸਾਰੀ ਸੀ ਸੀ ਟੀ ਵੀ ਫੁਟੇਜ ਵਗੈਰਾ ਸਭ ਕੁਝ ਚੈੱਕ ਕੀਤਾ ਜਾ ਰਿਹਾ ਔਰ ਉਮੀਦ ਹੈ ਜਲਦੀ ਪਕੜ ਲਿਆ। ਜੋ ਵੈਲਿਊ ਹੈ ਜੀ? ਵੈਲਿਊ ਉਸਕੋ ਸਿਵਲ ਹਸਪਤਾਲ, ਸਿਵਲ ਹਸਪਤਾਲ, ਸਿਵਲ ਹਸਪਤਾਲ। ਸਰ ਵੈਨ ਮੇਂ ਕਿਤਨੇ ਬੰਦੇ ਥੇ ਜੋ ਕੈਸ਼ ਲੈ ਗਏ? ਵੈਨ ਮੇਂ 5 ਲੋਗ ਥੇ। ਦੱਸ ਦਈਏ ਕਿ ਸੰਗਰੂਰ ਵਿੱਚ ਦਿਨ ਦਿਹਾੜੇ ਵਾਪਰੀ ਲੁੱਟ ਦੀ ਇਹ ਪਹਿਲੀ ਵਾਰਦਾਤ ਨਹੀਂ ਹੈ। ਕੁਝ ਮਹੀਨੇ ਪਹਿਲਾਂ ਸੰਗਰੂਰ ਦੇ ਭੀੜ ਭਾੜ ਵਾਲੇ ਬਾਜ਼ਾਰ ਵਿੱਚ ਲੁਟੇਰਿਆਂ ਨੇ ਕੁਝ ਇਸੇ ਤਰ੍ਹਾਂ ਇੱਕ ਕੈਸ਼ ਵੈਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਵੈਨ ਵਿੱਚ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਇਸ ਦੌਰਾਨ ਵੀ ਲੁਟੇਰਿਆਂ ਨੇ ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ।
ਲਿਹਾਜ਼ਾ ਇਹ ਕਿਹਾ ਜਾ ਸਕਦਾ ਹੈ ਕਿ ਸੰਗਰੂਰ ਵਿੱਚ ਕਾਨੂੰਨ ਵਿਵਸਥਾ ਦਾ ਹਾਲ ਕੋਈ ਖਾਸ ਚੰਗਾ ਨਹੀਂ ਜਾ ਰਿਹਾ। ਸੰਗਰੂਰ ਤੋਂ ਪ੍ਰਿੰਸ ਪਰੋਚਾ, D5 ਚੈਨਲ ਪੰਜਾਬੀ।